ਦਰਸਾ ਕੇ ਆਪਣੀ ਕੌਮ ਨੂੰ, ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ, ਅਸੀਂ ਦੇਖੋ ਜੀ ਇੱਕ ਬੜਾ ਵੱਡਾ ਅਹਿਸਾਨ ਕਰ ਰਹੇ ਹਾਂ। ਤੇ ਮੈਂ ਮਹਿਸੂਸ ਕਰਦਾ ਕਿ ਦੇਖੋ ਇਹ ਲਫ਼ਜ਼ਾਂ ਦੀ ਹੇਰ ਫੇਰ ਏ। ਹੁਣ ਕੀ ਹੋ ਰਿਹਾ ਏ ਕਿ ਜਿਹੜਾ ਅਮਿਤ ਸ਼ਾਹ ਹੈ ਗ੍ਰਹਿ ਮੰਤਰੀ ਭਾਰਤ ਸਰਕਾਰ ਦਾ, ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਮਾਫ਼ੀ ਨਹੀਂ ਦਿੱਤੀ ਰਾਜੋਆਣਾ ਨੂੰ। ਤੇ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਬਾਦਲ ਏ, ਉਹਨੂੰ ਇਸ ਗੱਲ ਦੀ ਹੁਣ ਸਮਝ ਲੱਗ ਗਈ ਏ ਕਿ ਜਿਵੇਂ ਜਿਵੇਂ ਸ਼ਿਵ ਸੈਨਾ ਦੇ ਨਾਲ ਮਹਾਰਾਸ਼ਟਰ ਦੇ ਵਿਚ ਬੀਜੇਪੀ ਨੇ ਗੱਠਜੋੜ ਤੋੜਿਆ ਤੇ ਉੱਥੇ ਉਹਨਾਂ ਨੂੰ ਪਲਟੀ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਮੇਂ ਦੇ ਨਾਲ ਇੱਧਰ ਵੀ ਜਿਵੇਂ ਜਿਵੇਂ 2022 ਆ ਰਿਹਾ ਉਵੇਂ ਉਵੇਂ ਬੀਜੇਪੀ ਚਾਹ ਰਹੀ ਏ ਕਿ ਹਰ ਚੀਜ਼ ਦਾ ਕ੍ਰੈਡਿਟ ਮੈਨੂੰ ਸਿੱਧੇ ਰੂਪ ਵਿਚ ਮਿਲੇ ਤੇ ਮੈਂ ਕਿਸੇ ਨੂੰ ਵਿਚ ਮੀਡੀਏਟਰ ਨਾ ਰੱਖਾਂ। ਤਾਂ ਉਸ ਲਈ ਜਿਹੜੀ ਤੁਸੀਂ ਗੱਲ ਕੀਤੀ ਆ ਬਾਹਰਲੇ ਸਿੰਘਾਂ ਦੀ, ਤਾਂ ਉਹਨਾਂ ਨਾਲ ਵੀ ਉਹ ਤਾਲਮੇਲ ਉਹਨਾਂ ਨੇ ਕਾਇਮ ਕੀਤਾ ਹੋਇਆ ਤੇ ਬੰਦੀ ਸਿੰਘਾਂ ਦੀ ਰਿਹਾਈ ਉਹ ਕਿਸੇ ਹੋਰ ਖਾਤੇ ਵਿਚ ਪਾ ਕੇ ਕਰਨੀ ਚਾਹੁੰਦੇ ਆ। ਜਿਹੜੀ ਰਾਜੋਆਣਾ ਹੈ, ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਏ ਉਹ ਉਮਰ ਕੈਦ ਦੇ ਵਿਚ ਤਬਦੀਲ ਕਰਨ ਵਾਸਤੇ ਸੈਂਟਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਲਿਖਿਆ ਹੋਇਆ, ਉਹ ਸਾਡੇ ਕੋਲ ਚਿੱਠੀਆਂ ਵੀ ਮੌਜੂਦ ਨੇ। ਲੇਕਿਨ ਹੁਣ ਕੀ ਹੋਵੇਗਾ ਕਿ ਜਿਹੜੀ ਧਿਰ ਵੀ ਉਹਨਾਂ ਨੂੰ ਮਾਫ਼ ਕਰਾਈ, ਚਾਹੇ ਉਹ ਬਾਹਰਲੇ ਮਾਫ਼ ਕੌਣ ਜਿਹੜੇ ਤੁਹਾਡੇ ਕੋਲੋਂ ਆ ਰਹੇ ਨੇ ਇੰਗਲੈਂਡ ਤੋਂ ਯੂਰਪ ਤੋਂ, ਚਾਹੇ ਉਹਨਾਂ ਦੇ ਥਰੂ ਉਹ ਕਰਨ, ਜਾਂ ਜਿਹੜੇ ਵੈਟਰਨ ਅਕਾਲੀ ਲੀਡਰ ਨੇ ਢੀਂਡਸਾ ਸਾਹਿਬ ਜਾਂ ਜਿਹੜੇ ਹੋਰ ਨੇ ਚਾਹੇ ਉਹਨਾਂ ਦੇ ਥਰੂ ਕਰਨ, ਲੇਕਿਨ ਉਹ ਇਹਦਾ ਕ੍ਰੈਡਿਟ ਜਿਹੜਾ ਅਕਾਲੀ ਦਲ ਬਾਦਲ ਲੈਣਾ ਚਾਹੁੰਦਾ ਹੈ ਤੇ ਦੱਸਣਾ ਚਾਹੁੰਦਾ ਹੈ ਕਿ ਦੇਖੋ ਜੀ ਰਾਜੋਆਣੇ ਨੂੰ ਰਿਹਾ ਕਰਾਉਣ ਲਈ ਅਸੀਂ ਇਸ ਤਰ੍ਹਾਂ ਕੀਤਾ। ਜਿਵੇਂ ਤੁਹਾਨੂੰ ਯਾਦ ਹੀ ਹੋਵੇਗਾ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿਚ 2017 ਦੇ ਵਿਚ ਵੀ ਪਾਰਲੀਮੈਂਟ ਇਲੈਕਸ਼ਨਾਂ ਦੇ ਵਿਚ ਰਾਜੋਆਣਾ ਦੀ ਜਿਹੜੀ ਸਿਸਟਰ ਏ ਬੀਬੀ ਕਮਲਦੀਪ ਕੌਰ, ਉਹ ਬਕਾਇਦਾ ਚਿੱਠੀਆਂ ਉਹਨਾਂ ਦੀਆਂ ਲੈ ਕੇ ਆਉਂਦੀ ਰਹੀ ਬੀਜੇਪੀ ਤੇ ਅਕਾਲੀ ਦਲ ਬਾਦਲ ਨੂੰ ਤੁਸੀਂ ਵੋਟਾਂ ਪਾਓ ਤੇ ਬਾਕੀ ਸਾਰੇ ਜਿਹੜੇ ਇਸ ਤਰ੍ਹਾਂ ਦੇ ਆ ਉਹਨਾਂ ਨੂੰ ਕਿਸੇ ਨੂੰ ਮੂੰਹ ਨਾ ਲਾਓ, ਚਾਹੇ ਉਹ ਕਾਂਗਰਸੀ ਨੇ ਚਾਹੇ ਕੋਈ ਵੀ ਏ, ਚਾਹੇ ਮਾਨ ਦਾ ਇਲੈਕਸ਼ਨ ਲੜਦਾ ਜਾਂ ਕੋਈ ਹੋਰ ਲੜਦਾ, ਇਹ ਸਾਰੇ ਕਾਂਗਰਸ ਦੀ ਬੀ ਟੀਮ ਨੇ। ਤਾਂ ਇਹ ਜਿਹੜਾ ਨਾ ਇਹਨੂੰ ਤੁਸੀਂ ਰਾਜਸੀ ਦ੍ਰਿਸ਼ ਦੇ ਰੂਪ ਦੇ ਵਿਚ ਦੇਖੋ ਕਿ ਬੀਜੇਪੀ ਚਾਹ ਰਹੀ ਏ ਕਿ ਜਿਹੜੇ ਬੰਦੀ ਸਿੰਘਾਂ ਨੂੰ ਮੈਂ ਰਿਹਾ ਕਰਨਾ ਉਹ ਕਿਸੇ ਨਾ ਕਿਸੇ ਆਪਣੀ ਧਿਰ ਦੇ ਥਰੂ ਹੀ ਮੈਂ ਆਪਣਾ ਪ੍ਰਭਾਵ ਦੇਵਾਂ, ਤੇ ਉਹ ਉਸ ਧਿਰ ਦੇ ਵਿਚ ਕਿਤੇ ਨਾ ਕਿਤੇ ਉਹ ਅਕਾਲੀ ਦਲ ਬਾਦਲ ਨੂੰ ਮਨਫੀ ਕਰਨਾ ਚਾਹੁੰਦੇ ਆ। ਠੀਕ ਆ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਆਪਣੇ ਬਾਹਰਲੇ ਸਿੰਘਾਂ ਦੀ ਵੀ ਆਪਾਂ ਗੱਲ ਵਿਚ ਆ ਗਈ ਆ, ਤੇ ਦੂਸਰੀ ਆਪਾਂ ਇਹ ਗੱਲ ਕਰਦੇ ਵੀ ਜਿਹੜਾ ਬੀਜੇਪੀ ਆ ਪੰਜਾਬ ਦੇ ਵਿਚ ਜਿਹੜੀ 2022 ਦੀ ਇਲੈਕਸ਼ਨ ਆ ਰਹੀ ਆ ਉਹਨੂੰ ਲੈ ਕੇ ਕੋਈ ਖੇਡ ਖੇਡ ਰਹੀ ਆ, ਜਾਂ ਮਤਲਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖਰੇ ਦਲ ਆ ਉਹਨਾਂ ਦੇ ਨਾਲ ਕੋਈ ਮਤਲਬ ਸਬਜ ਬਾਗ ਜਿਹੜਾ ਉਹ ਕਰ ਰਹੀ ਆ? ਦੇਖੋ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜੋ ਕੱਲਾ ਮੈਨੂੰ ਹੀ ਨਹੀਂ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜੀ ਫੀਲਿੰਗ ਏ ਇਸ ਗੱਲ ਦੀ ਕਿ ਜਿਹੜਾ ਬਾਹਰੋਂ ਜਿਹੜੇ ਗੱਲਬਾਤ ਇਹਨਾਂ ਨੇ ਚਲਾਈ ਏ ਇਹਨਾਂ ਦੇ ਏਜੰਸੀਆਂ ਦੇ ਥਰੂ ਜਾਂ ਸਰਕਾਰ ਦੀ ਇੱਕ ਨੀਤੀ ਏ ਕਿ ਪੰਜਾਬ ਦੇ ਵਿਚ ਇਸ ਵਕਤ ਜਵਾਨੀ ਕਿਸਾਨੀ ਤੇ ਬੇਰੁਜ਼ਗਾਰੀ ਦਾ ਜਿਹੜਾ ਮਾਹੌਲ ਏ ਜਾਂ ਜਿਸ ਤਰ੍ਹਾਂ ਦੇ ਲੋਕ ਆਪਣੇ ਜਿਹੜੀਆਂ ਨਿਤਮਰਾ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਦੇ ਨਾਲ ਜੂਝ ਰਹੇ ਨੇ, ਤੇ ਜਿਸ ਤਰੀਕੇ ਦਾ ਪੰਜਾਬ ਦੇ ਵਿਚ ਵਾਤਾਵਰਨ ਬਣਿਆ ਹੋਇਆ ਕਿ ਇੱਥੇ ਤਾਂ ਹੁਣ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਨੀ, ਇਹ ਗੱਲ ਹੈਗੀ ਏ ਤੇ ਉਹ ਸਾਰੀ ਗੱਲ ਉੱਠਦੀ ਏ ਬਾਹਰੋਂ ਕਿ ਬਾਹਰਲੇ ਬੰਦੇ ਜਿਹੜੇ ਆ ਉਹ ਇੱਥੇ ਉਹ
ਉਹਨਾਂ ਦੀ ਨਜ਼ਰ ਦੇ ਵਿੱਚ ਕਿ ਉਹ ਹੀ ਸਾਰਾ ਕੁਝ ਕਿਸੇ ਵੀ ਤਰ੍ਹਾਂ ਦੀ ਕੋਈ ਮੂਵਮੈਂਟ ਹੈ ਉਹਨੂੰ ਜੇ ਬਲ ਦਿੰਦੇ ਆ, ਚਾਹੇ ਉਹ ਕਿਸੇ ਨੂੰ ਫਾਈਨੈਂਸ਼ਲੀ ਕਰਦੇ ਆ ਜਾਂ ਕਿਸੇ ਨੂੰ ਕਿਸੇ ਰੂਪ ਦੇ ਵਿੱਚ ਵੀ ਕਰਦੇ ਆ, ਤਾਂ ਉਹ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਉਹਨਾਂ ਦੇ ਥਰੂ ਗੱਲ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਇਨਵੋਲਵ ਕਰਕੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਗੌਰਮੈਂਟ ਕੇ ਅਸੀਂ ਉਹ ਮਾਹੌਲ ਜਿਹੜਾ ਉਹਨੂੰ ਜਿਹੜਾ ਆਪਣੇ ਅਨੁਰੂਪ ਜਿਹੜਾ ਢਾਲ ਸਕੀਏ। ਤੇ ਉਸੇ ਕੜੀ ਵਜੋਂ ਹੀ ਚਾਹੇ ਉਹ ਆਏ ਨੇ ਜਸਵੰਤ ਸਿੰਘ ਠੇਕੇਦਾਰ, ਚਾਹੇ ਸੇਵਾ ਸਿੰਘ ਲੱਲੀ ਹੋਰੀ ਆਏ ਨੇ, ਚਾਹੇ ਰਾਏ ਹੋਰੀ ਆਏ ਨੇ, ਜਾਂ ਹੁਣ ਉਹਨਾਂ ਨੇ ਦੂਸਰੇ ਕ੍ਰਿਸ਼ਨ ਕਾਰਡ ਵਾਲੇ ਜਿਹੜੇ ਸੱਜਣ ਨੇ ਰੁਪਦੁਮਨ ਸਿੰਘ ਮਲਕ ਦੀ ਗੱਲ ਚੱਲੀ ਹੈ, ਇਹ ਸਾਰਿਆਂ ਨੂੰ ਵਾਰ ਵਾਰੀ ਬੁਲਾ ਕੇ ਜਥੇਬੰਦੀਆਂ ਉਹ ਜਾਂ ਤੇ ਸਾਰਿਆਂ ਨਾਲ ਸਲਾਹ ਹੋ ਕੇ ਹੋਵੇ ਨਾ ਵੀ ਸਾਰੀਆਂ ਜਥੇਬੰਦੀਆਂ ਹੋਰ ਵੀ ਹਾਂ ਸਾਨੂੰ ਅਸੀਂ ਵਾਪਸ ਲੈ ਕੇ ਜਾਣਾ ਆ, ਕੋਈ ਗੱਲਬਾਤ ਕਰਨੀ ਆ, ਤੇ ਪਰ ਉਹ ਕੱਲਾ ਕੱਲਾ ਬੰਦਾ ਜਦੋਂ ਜਾਂਦਾ ਆ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਕਿਸੇ ਧੜੇ ਦੇ ਨਾਲ ਵੀ ਜਾਂ ਕਿਸੇ ਜਿਹੜੇ ਵੀ ਇਹਨਾਂ ਮੁੱਦਿਆਂ ਦੇ ਨਾਲ ਸੰਬੰਧਿਤ ਆ ਉਹਨਾਂ ਦੇ ਨਾਲ, ਮੈਨੂੰ ਪਤਾ ਨਹੀਂ, ਸ਼ਾਇਦ ਤੁਹਾਨੂੰ ਪਤਾ ਹੋਵੇ, ਜਾਣਕਾਰੀ ਹੋਵੇ ਵੀ ਕਿਸੇ ਨਾਲ ਆ ਕੇ ਉਹਨਾਂ ਨੇ ਮੀਟਿੰਗ ਕੀਤੀ ਹੋਵੇ, ਜੇ ਸਰਕਾਰ ਨਾਲ ਕੀਤੀ ਉਹ ਤਾਂ ਚਲੋ ਟੈਲੀਵਿਜ਼ਨਾਂ ਤੇ ਸਾਰਾ ਕੁਝ ਸਾਹਮਣੇ ਆ ਰਿਹਾ, ਤੇ ਜੇ ਰੁਪਦਮਨ ਸਿੰਘ ਜੀ ਪਹਿਲਾਂ ਮਤਲਬ 2018 ਦੇ ਤੱਕ ਤੇ ਉਹਨਾਂ ਨੂੰ ਜਿਹੜਾ ਏਅਰ ਇੰਡੀਆ ਦਾ ਹਾਦਸਾ ਹੋਇਆ ਸੀ ਉਹਦੇ ਵਿੱਚ ਵੀ ਸ਼ਾਮਿਲ ਸਮਝਿਆ ਜਾਂਦਾ ਸੀ, ਉਹਨਾਂ ਨੂੰ ਉਹਨਾਂ ਤੇ ਦੋਸ਼ ਲੱਗਦੇ ਸੀ, ਲੇਕਿਨ ਇਕਦਮ ਹੀ ਸਾਰਾ ਮਤਲਬ ਜਿਹੜੇ ਬਾਹਰੋਂ ਆਗੂ ਜਾ ਰਹੇ ਆ ਉਹਨਾਂ ਦੇ ਚਲੋ ਜੇ ਮਤਲਬ ਕਹੀਏ ਕੇਸ ਆ ਖਤਮ ਵੀ ਕਰ ਦਿੱਤੇ, ਸਰਕਾਰ ਨੇ ਕੋਈ ਗੱਲ ਵੀ ਕਰ ਦਿੱਤੀ ਆ, ਉਹ ਓਪਨ ਮੀਡੀਆ ਚ ਹੋਣੀ ਚਾਹੀਦੀ, ਸਾਹਮਣੇ ਹੋਣੀ ਚਾਹੀਦੀ ਆ ਕੌਮ ਦੇ ਕੇ, ਜਾਂ ਏਦਾਂ ਲੁਕ ਛਿਪ ਕੇ ਹੋਣੀ ਚਾਹੀਦੀ। ਦੇਖੋ ਜਿਹੜੀ ਸਰਕਾਰ ਹੈ ਨਾ, ਸਰਕਾਰ ਇਹ ਕੋਈ ਅੱਜ ਉਹਨਾਂ ਦੀ ਨੀਤੀ ਨਵੀਂ ਨੀ ਗੀ, ਬੜੀ ਪੁਰਾਣੀ ਨੀਤੀ ਚੱਲਦੀ ਆ ਰਹੀ। ਤੁਸੀਂ ਜੋਧਪੁਰ ਜੇਲ੍ਹ ਦੀ ਗੱਲ ਕਰ ਲਓ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ ਜੋਧਪੁਰ ਜੇਲ੍ਹ ਦੇ ਵਿੱਚ ਬੈਠੀ ਸੀ ਔਰ ਉੱਥੋਂ ਲਿਆ ਕੇ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ। ਦੂਸਰੇ ਪਾਸੇ ਸਰਜੀਤ ਸਿੰਘ ਬਰਨਾਲਾ, ਪ੍ਰਚੰਦ ਸਿੰਘ ਲੌਂਗੋਵਾਲ ਤੇ ਬਲਵੰਤ ਸਿੰਘ ਹੋਰਾਂ ਦੇ ਨਾਲ ਇੱਕ ਕਮਰੇ ਦੇ ਵਿੱਚ ਫੈਡਰੇਸ਼ਨ ਨਾਲ ਗੱਲ ਚੱਲ ਰਹੀ ਹੁੰਦੀ ਸੀ, ਦੂਸਰੇ ਪਾਸੇ ਉਹਨਾਂ ਨਾਲ ਚੱਲ ਰਹੀ ਹੁੰਦੀ ਸੀ, ਤੀਸਰੇ ਪਾਸੇ ਮਾਨ ਸਾਹਿਬ ਨਾਲ ਗੱਲ ਚੱਲ ਰਹੀ ਹੁੰਦੀ ਸੀ। ਯਾਨੀ ਕਿ ਉਹਨਾਂ ਨੇ ਉਦੋਂ ਵੀ ਆਪਣੇ ਹਿਸਾਬ ਮੁਤਾਬਕ ਜਿਹੜਾ ਉਹਨਾਂ ਨੂੰ ਫਿੱਟ ਬੈਠਾ, ਜਿਵੇਂ ਜਿਸ ਢੰਗ ਨਾਲ ਫਿੱਟ ਬੈਠਾ ਉਹਦੇ ਨਾਲ ਉਹਨਾਂ ਨੇ ਗੱਲ ਕਰਕੇ ਤੇ ਉਹਨਾਂ ਨੇ ਸਾਰਾ ਕੁਝ ਕੀਤਾ ਸੀ। ਤੁਹਾਨੂੰ ਯਾਦ ਹੋਵੇਗਾ ਕਿ ਉਸ ਵੇਲੇ ਚਾਹੇ ਮਾਨ ਸਾਹਿਬ ਸੀ, ਚਾਹੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੀ, ਇਸ ਲੀਡਰਸ਼ਿਪ ਦੀ ਪੰਜਾਬ ਦੇ ਵਿੱਚ ਸਰਕਾਰ ਵੀ ਦੋ ਵਾਰ ਬਣਦੀ ਬਣਦੀ ਜਿਹੜੀ ਉਹ ਹਟੀ ਕੇ ਜੇ 1991 ਦੇ ਵਿੱਚ ਇਲੈਕਸ਼ਨ ਹੋ ਜਾਂਦੇ, ਜਿਸ ਦਿਨ ਰਾਤ ਨੂੰ ਪੀ ਐਨ ਸੈਸ਼ਨ ਨੇ ਜਿਹੜਾ ਆਪਣਾ ਕਮਿਸ਼ਨਰ ਸੀ ਇਲੈਕਸ਼ਨ ਕਮਿਸ਼ਨ ਜੇ ਉਹ ਚੋਣ ਰੱਦ ਨਾ ਕਰਦਾ, ਉਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਯੂਨਾਈਟਿਡ ਅਕਾਲੀ ਦਲ ਸੰਯੁਕਤ ਅਕਾਲੀ ਦਲ ਸੀ, ਜਿਹਦੀ ਉਦੋਂ ਅਗਵਾਈ ਬਾਬਾ ਜਗਿੰਦਰ ਸਿੰਘ ਜਾਂ ਮਾਨ ਸਾਹਿਬ ਕਰ ਰਹੇ ਸੀ, ਤੇ ਦੂਜੇ ਪਾਸੇ ਫੈਡਰੇਸ਼ਨ ਸੀ, ਇਹ ਸਰਕਾਰ ਬਣਾ ਰਹੀ ਸੀ। ਫਿਰ 1992 ਦੇ ਵਿੱਚ ਬਾਈਕਾਟ ਕਰਵਾਉਣ ਦੇ ਵਿੱਚ ਤੁਸੀਂ ਦੇਖ ਲਓ ਕਿ ਜਿਸ ਢੰਗ ਦੇ ਨਾਲ ਸਰਕਾਰ ਨੇ ਆਪਣਾ ਪ੍ਰਭਾਵ ਵਰਤਿਆ ਸੀ ਤੇ ਉਹ ਬਾਈਕਾਟ ਹੋਇਆ ਸੀ। ਹੁਣ ਵੀ ਉਹੋ ਹੀ ਉਹ ਦੌਰ, ਭਾਵੇਂ ਅੱਜ 36 ਸਾਲ ਬੀਤ ਗਏ ਨੇ, ਦੌਰ ਉਹੋ ਹੀ ਚੱਲ ਰਿਹਾ ਹੈ। ਇੱਥੇ ਜਿਹੜੇ ਲੋਕ ਪੰਜਾਬ ਦੀ ਸਰਜਨੀ ਦੇ ਉੱਤੇ ਜਿਹੜੇ ਸੰਘਰਸ਼ ਕਰਦੇ ਰਹੇ ਨੇ ਜਾਂ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨਾਲ ਸਰਕਾਰ ਕਿਸੇ ਪੱਧਰ ਦੀ ਗੱਲ ਕਰਨ ਲਈ ਤਿਆਰ ਨਹੀਂ ਹੈਗੀ, ਤੇ ਨਾ ਹੀ ਉਹ ਇਹ ਸਮਝਦੇ ਆ ਕਿ ਇਹਨਾਂ ਨਾਲ ਗੱਲ ਕੀਤਾ ਕੋਈ ਫਾਇਦਾ ਹੈਗਾ। ਤੇ ਦੂਸਰੇ ਪਾਸੇ ਜਿਹੜੇ ਬਾਹਰਲੇ ਨੇ
ਉਹ ਇੱਕ ਇਹ ਪ੍ਰਭਾਵ ਦੇਣਾ ਚਾਹੁੰਦੇ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕ ਆਪਣੇ ਆਪਣੇ ਗਰੁੱਪਾਂ ਨੂੰ ਸਮਝਾਉਣ ਜਿਨ੍ਹਾਂ ਨੂੰ ਉਹ ਸਪੋਰਟ ਕਰਦੇ ਨੇ ਤੇ ਅਸੀਂ ਇਹਨਾਂ ਦੇ ਥਰੂ ਗੱਲਬਾਤ ਕਰਕੇ ਗੱਲ ਨੂੰ ਨਿਬੇੜ ਲਈਏ। ਲੇਕਿਨ ਜਿਹੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਬਾਤਾਂ ਨੇ ਚੋਰ ਮੋਰੀਆਂ ਗੱਲਾਂ ਦਾ ਢੰਗ ਤਰੀਕਾ ਅਪਣਾਇਆ ਗਿਆ ਉਹਦੇ ਨਾਲ ਮੈਨੂੰ ਨੀ ਲੱਗਦਾ ਕਿ ਪੰਜਾਬ ਤੇ ਸਿੱਖ ਕੌਮ ਦੇ ਜਿਹੜੇ ਅਹਿਮ ਮਸਲੇ ਨੇ ਉਹਨਾਂ ਦਾ ਕੋਈ ਹੱਲ ਨਿਕਲਾ ਦੇ। ਹਾਂ ਇਹ ਤਾਂ ਹੋ ਸਕਦਾ ਜਿੱਦਾਂ ਬਾਹਰੋਂ ਤੁਹਾਨੂੰ ਪਤਾ ਵੀ ਸਮੇਂ ਸਮੇਂ ਲਹਿਰਾਂ ਵੀ ਚੱਲਦੀਆਂ ਜਾਂ ਬਾਹਰੋਂ ਆਵਾਜ਼ ਲੋਕੀ ਉਠਾਉਂਦੇ ਆ ਹੁਣ 2020 ਵਾਲਾ ਪੰਜਾਬ ਭਾਵੇਂ ਭਾਰਤ ਦੇ ਵਿੱਚ ਉਹਨਾਂ ਤੇ ਪਾਬੰਦੀ ਲਾਤੀ ਆ ਤੇ ਉਹਨਾਂ ਦਾ ਆਪਣਾ ਦਾਵਾ ਆ ਕਿ ਸਾਡੀ ਆਵਾਜ਼ ਨੂੰ ਬੰਦ ਕਰਨ ਲਈ ਇਹਨਾਂ ਨੇ ਸਰਕਾਰ ਨੇ ਏਜੰਸੀਆਂ ਨੇ ਇਹ ਚਾਲ ਚੱਲੀ ਆ ਪਰ ਦੂਏ ਪਾਸੇ ਜਿਹੜੇ ਬੰਦੇ ਜਾ ਰਹੇ ਆ ਜਿਹਨਾਂ ਦੀ ਤੁਸੀਂ ਜ਼ਿਕਰ ਕੀਤਾ ਉਹਨਾਂ ਚੋਂ ਮੋਸਟਲੀ ਇੱਕ ਹੀ ਧੜੇ ਨਾਲ ਸੰਬੰਧਿਤ ਬੰਦੇ ਆ ਹੁਣ ਉਹੀ ਬੰਦੇ ਜਿੱਦਾਂ ਜਿਹੜੇ ਆ ਇੱਥੇ ਜ਼ਿਆਦਾਤਰ 2020 ਦੇ ਨਾਲ ਵੀ ਉਹੀ ਜਥੇਬੰਦੀ ਉਹਨਾਂ ਦੇ ਜਿੱਦਾਂ ਪਿੱਛੇ ਜਾਂ ਉਹਨਾਂ ਦੇ ਨਾਲ ਜ਼ਿਆਦਾ ਸਹਿਯੋਗੀ ਵੀ ਉਹੀ ਜਥੇਬੰਦੀ ਉਸ ਜਥੇਬੰਦੀ ਦੇ ਵਿੱਚੋਂ ਬੰਦੇ ਜਿਹੜੇ ਇਸ ਵੇਲੇ ਪੰਜਾਬ ਦੀ ਧਰਤੀ ਤੇ ਜ਼ਿਆਦਾ ਜਾ ਰਹੇ। ਦੇਖੋ ਮੇਨ ਤਾਂ ਗੱਲ ਇਹ ਆ ਕਿ ਪੰਜਾਬ ਦੀ ਨਬਜ਼ ਨੂੰ ਪਛਾਣਨ ਦੀ ਲੋੜ ਹੈ ਚਾਹੇ ਕੋਈ ਬਾਹਰ ਬੈਠਾ ਤੇ ਚਾਹੇ ਕੋਈ ਇੱਥੇ ਬੈਠਾ ਤੇ ਪੰਜਾਬ ਦੇ ਲੋਕ ਹੀ ਜਾ ਰਹੇ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਵੀ ਹੈ ਪੰਜਾਬੀ ਵੀ ਨੇ ਤੇ ਦੂਸਰੇ ਫਿਰਕੇ ਵੀ ਰਹਿ ਰਹੇ ਨੇ ਔਰ ਉਹ ਕੀ ਚਾਹੁੰਦੇ ਨੇ ਉਹ ਕਿਸ ਤਰ੍ਹਾਂ ਦਾ ਮਾਹੌਲ ਚਾਹ ਰਹੇ ਨੇ ਤੇ ਉਹਨਾਂ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਨੇ ਜਿੰਨੀ ਦੇਰ ਤੱਕ ਅਸੀਂ ਉਹ ਚੁਣੌਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਦੇ ਹੱਲ ਲਈ ਕੋਈ ਸਾਰਥਕ ਯਤਨ ਨਹੀਂ ਸਾਂਝੇ ਕਰਾਂਗੇ ਉਨੀ ਦੇਰ ਤੱਕ ਇਹ ਜਿਹੜੇ ਮਸਲੇ ਨੇ ਇਹ ਠੀਕ ਹੈ ਕਿ ਇਹਦਾ ਇੰਨਾ ਵੱਡਾ ਮੁੱਲ ਚੁਕਾਉਣਾ ਪਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਮੰਗਾਂ ਲਈ ਇੱਕ ਸੰਘਰਸ਼ ਰੰਭਿਆ ਜਿਹਦੇ ਵਿੱਚ ਆਵਾਮ ਦਾ ਬੜਾ ਵੱਡਾ ਸਹਿਯੋਗ ਸੀ ਤੇ ਉਹ ਕੱਲਾ ਕਿਸੇ ਇੱਕ ਬੰਦੇ ਵੱਲੋਂ ਨਹੀਂ ਸੀ ਸੰਘਰਸ਼ ਉਹ ਪੂਰੀ ਕੌਮ ਤੇ ਸਾਰੇ ਲੋਕਾਂ ਦੇ ਵੱਡੇ ਹਿੱਸੇ ਵੱਲੋਂ ਸੀ ਲੇਕਿਨ ਉਸ ਦੀ ਭਰਪਾਈ ਕਦੇ ਵੀ ਪੂਰੀ ਨਹੀਂ ਹੋ ਸਕਦੀ ਜੇ ਅੱਜ ਇਹੋ ਹੀ ਕੁਝ ਇਸ ਤਰੀਕੇ ਦੇ ਨਾਲ ਆਪਣੀ ਆਪਣੀ ਜਿਹੜੀ ਢੰਗ ਤਰੀਕੇ ਅਪਣਾਉਣੇ ਸੀ ਤੇ ਫਿਰ 36 ਸਾਲ ਪਹਿਲਾਂ ਅਪਣਾ ਲੈਣੇ ਚਾਹੀਦੇ ਸੀ ਫਿਰ ਇੰਨਾ ਵੱਡਾ ਨੁਕਸਾਨ ਤੇ ਇੰਨਾ ਵੱਡਾ ਜਿਹੜਾ ਢੰਗ ਤਰੀਕਾ ਇੱਥੇ ਅਪਣਾਇਆ ਗਿਆ ਜਾਂ ਜਿਸ ਤਰੀਕੇ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉਹਨਾਂ ਦੇ ਸਾਹਮਣੇ ਜਿਹੜੀਆਂ ਅੱਜ ਦੀਆਂ ਗੱਲਾਂ ਨੇ ਉਹ ਸਮਝਣਾ ਕਿ ਸਵੈ ਵਿਰੋਧੀ ਗੱਲਾਂ ਨਜ਼ਰ ਆ ਰਹੀਆਂ। ਇਹਦੇ ਵਿੱਚ ਜਿੱਦਾਂ ਹੁਣ ਆਪਾਂ ਸਰਬੱਤ ਖਾਲਸਾ ਵੀ ਇੱਕ ਧੜਾ ਹੈਗਾ ਉਹਨਾਂ ਦੇ ਜਥੇਦਾਰ ਆ ਜਗਤਾਰ ਸਿੰਘ ਹਵਾਰਾ ਜਾਂ ਆਪਣੇ ਬਲਜੀਤ ਸਿੰਘ ਜੀ ਦਾਦੂਵਾਲ ਆਪਣੇ ਮੰਡ ਸਾਹਿਬ ਤੇ ਅਮਰੀਕ ਸਿੰਘ ਜੀ ਅਜਨਾਲਾ ਇਹਨਾਂ ਵੱਲੋਂ ਵੀ ਨਾ ਇਸ ਮਸਲਿਆਂ ਦੇ ਸੰਬੰਧ ਦੇ ਵਿੱਚ ਕਦੇ ਜਿੱਦਾਂ ਹੁਣ ਗੱਲਬਾਤ ਮੈਂ ਤੇ ਵੈਸੇ ਕੋਈ ਵੀ ਨੀ ਸੁਣ ਰਿਹਾ ਕੋਈ ਇੱਕ ਵੀ ਜਥੇਬੰਦੀ ਵੱਲੋਂ ਪੰਜਾਬ ਦੀ ਧਰਤੀ ਤੋਂ ਬਿਆਨ ਨੀ ਲੱਗ ਰਿਹਾ ਵੀ ਜੇ ਬਾਹਰੋਂ ਬੰਦੇ ਆ ਰਹੇ ਆ ਘੱਟੋ ਘੱਟ ਪੰਜਾਬ ਦੇ ਵਿੱਚ ਜਿਹੜੇ ਲੋਕ ਵਿਚਰਦੇ ਆ ਉਹਨਾਂ ਦੇ ਨਾਲ ਆ ਕੇ ਗੱਲਬਾਤ ਕਰਨ ਫੇਰ ਸਰਕਾਰ ਦੇ ਨਾਲ ਸਾਂਝੇ ਰੂਪ ਦੇ ਵਿੱਚ ਕੋਈ ਵਫਦ ਬਣਾ ਕੇ ਗੱਲਬਾਤ ਕੀਤੀ ਜਾਵੇ ਏਦਾਂ ਕੱਲੇ ਕੱਲੇ ਦੋ ਦੋ ਬੰਦਿਆਂ ਦੇ ਟੁਕੜਿਆਂ ਦੇ ਵਿੱਚ ਕੀ ਕੀਤਾ ਜਾ ਸਕੇ। ਦੇਖੋ ਪਿਛਲੇ ਸਮੇਂ ਦੇ ਵਿੱਚ ਇਹੋ ਹੀ ਤਾਂ ਗੱਲ ਹੈ ਦਿਖਾਂ ਤੇ ਇਹੋ ਹੀ ਵਾਪਰਿਆ ਨਾ ਕਿ ਹਰ ਗਰੁੱਪ ਜਿਹੜਾ ਇਹ ਚਾਹੁੰਦਾ ਹੈ ਕਿ ਮੈਂ ਹੀ ਪੰਥ ਦੀ ਨੁਮਾਇੰਦਗੀ ਕਰ ਰਿਹਾ ਹੁਣ ਜਿਵੇਂ ਸਰਬੱਤ ਖਾਲਸੇ ਵਾਲੇ ਸੀ ਉਹਨਾਂ ਨੂੰ ਇਹੋ ਹੀ ਭੁਲੇਖਾ ਪੈ ਗਿਆ ਸੀ ਤੇ ਸਾਰੀ ਲੋਕ ਸਾਡੇ ਮਗਰ ਬਰਗਾੜੀ ਆਉਣ ਲੱਗ ਪਏ ਨੇ ਤੇ ਅਸੀਂ ਏਡੀਆਂ ਏਡੀਆਂ ਵੱਡੀਆਂ ਰੈਲੀਆਂ ਤੇ ਇੰਨਾ ਏਡਾ ਵੱਡਾ ਇਕੱਠ ਕਰ ਰਹੇ ਹਾਂ ਹੁਣ ਅਸੀਂ ਜੋ ਕਵਾਂਗੇ ਉਹੋ ਹੀ ਸਾਡੀ ਕੌਮ ਜਿਹੜਾ ਮੰਨੇਗੀ ਗੱਲ ਤਾਂ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਕਿ ਉਹ ਕਿੱਡਾ ਵੱਡਾ ਬੈਲੂਨ ਜਿਹੜਾ ਸੀ ਉਹ ਇੱਕਦਮ ਹੀ ਕਿਵੇਂ ਚੜਿਆ ਉੱਪਰ ਤੇ ਮੁੜਕੇ ਉਹਦੀ ਜਦੋਂ ਹਵਾ ਨਿਕਲੀ
ਤੇ ਉਹ ਤੁਸੀਂ ਦੇਖੋ ਕਿਤੇ ਨਜ਼ਰ ਨੀ ਆਉਂਦਾ। ਇਹ ਜਿਹੜੇ ਹਾਲਾਤ ਨੇ ਇਹ ਹਉਮੈ ਹੰਕਾਰ ਨੂੰ ਪਾਸੇ ਰੱਖ ਕੇ ਸੰਜੀਦਗੀ ਦੇ ਨਾਲ ਕੌਮਾਂ ਦੇ ਫੈਸਲੇ ਜਿਹੜੇ ਆ ਉਹ ਕਿਵੇਂ ਲੈ ਜਾਂਦੇ ਆ, ਜੇ ਆਪ ਨੂੰ ਸਮਝ ਨਹੀਂ ਆਉਂਦੀ ਘੱਟੋ ਘੱਟ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਲੋਕ ਹੋਏ ਨੇ, ਨੈਲਸਨ ਮੰਡੇਲਾ ਜਿਨ੍ਹਾਂ ਦੀ ਗੱਲ ਕੀਤੀ ਜਾਂਦੀ ਹੈ, ਇਹ ਕੌਮ ਦੇ ਨੈਲਸਨ ਮੰਡੇਲਾ ਸਨ, ਉਹਨਾਂ ਨੇ ਕਿਸ ਤਰੀਕੇ ਦੇ ਨਾਲ 27 ਸਾਲ ਜੇਲ੍ਹ ਕੱਟੀ ਤੇ ਉਸ ਤੋਂ ਬਾਅਦ ਆਪਣੀ ਕੌਮ ਨੂੰ ਕਿਵੇਂ ਉਹਨਾਂ ਨੇ ਆਜ਼ਾਦ ਕਰਵਾਇਆ ਤੇ ਕਿਵੇਂ ਉਹਨਾਂ ਨੇ ਰਾਜ ਭਾਗ ਪ੍ਰਾਪਤ ਕੀਤਾ। ਤੇ ਇਸੇ ਤਰ੍ਹਾਂ ਹੀ ਸਾਡੇ ਗੁਆਂਢ ਦੇ ਜਿਹੜੇ ਰਾਜ ਸਨ ਅਲੱਗ ਅਲੱਗ, ਜਦੋਂ ਸਾਡੇ ਨਾਲ ਗੱਲ ਹੋ ਰਹੀ ਸੀ 84 ਦੇ ਵਿੱਚ ਫੈਡਰੇਸ਼ਨ ਨਾਲ, ਉਦੋਂ ਹੀ ਪ੍ਰਫੁੱਲ ਕੁਮਾਰ ਮਹੰਤਾ ਜਿਹੜੇ ਸਨ ਅਸਾਮ ਸਟੂਡੈਂਟਸ ਜਿਹੜੀ ਹੈਗੀ ਸੀ ਆਪਣੇ, ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਆਪਣੀ ਇੱਕ ਸਰਕਾਰ ਕਾਇਮ ਕਰ ਲਈ ਸੀ ਔਰ ਸਰਕਾਰ ਬਣਾ ਕੇ ਉਹਨਾਂ ਨੇ ਆਪਦੇ ਬੰਦੀ ਸਿੰਘ ਵੀ ਰਿਹਾ ਕਰਵਾ ਲਏ ਸੀ ਤੇ ਬਹੁਤ ਸਾਰੇ ਮਸਲੇ ਉਹਨਾਂ ਨੇ ਆਪਣੇ ਹੱਲ ਕੀਤੇ ਸੀ। ਸੋ ਸਾਡੇ ਵਿੱਚ ਮੈਂ ਸਮਝਣਾ ਕਿ ਇਹਨੂੰ ਕਿਹਾ ਜਾ ਸਕਦਾ ਇੱਕ ਬੜੀ ਵੱਡੀ ਬਿਮਾਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਤੇ ਲੇਕਿਨ ਨੁਕਸਾਨ ਭਾਵੇਂ ਜਿੰਨਾ ਮਰਜ਼ੀ ਕਰਵਾ ਲਿਆ ਤੇ ਹੁਣ ਵੀ ਜਿਹੜੇ ਗਰੁੱਪ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਸਭ ਕੁਝ ਠੀਕ ਕਰ ਲਾਂਗੇ ਤੇ ਇਹ ਤੁਹਾਡੇ ਸਾਹਮਣੇ ਬਰਗਾੜੀ ਦਾ ਹਸ਼ਰ, ਜੇ ਬਰਗਾੜੀ ਵਰਗਾ ਮੋਰਚਾ ਜਿਹੜਾ ਹੈ ਉਹਨੂੰ ਸਰਕਾਰ ਫੇਲ ਕਰ ਸਕਦੀ ਹੈ ਤੇ 2-4 ਬੰਦੇ ਆਣ ਕੇ ਇਹ ਸਾਰਾ ਮਸਲਾ ਕਿਵੇਂ ਹੱਲ ਕਰ ਲੈਣਗੇ ਤੁਹਾਡੇ ਆਪਣੇ ਆਪ ਹੀ, ਤੁਸੀਂ ਇਸ ਨੂੰ ਇੰਨੇ ਸਿਆਣੇ ਹੋ, ਸਮਝਦਾਰ ਹੋ, ਦਰਸ਼ਕ ਸੁਣ ਰਹੇ ਨੇ ਸਰੋਤੇ, ਤੇ ਇਹ ਕਿਵੇਂ ਮਸਲਾ ਹੱਲ ਹੋ ਸਕਦਾ? ਇਹਦੇ ਲਈ ਇੱਕ ਦੂਰ ਅੰਦੇਸ਼ੀ ਢੰਗ ਤਰੀਕਾ ਅਪਣਾਉਣਾ ਪਵੇਗਾ। ਉਹ ਜਿਹੜੇ ਇੰਨੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦਾ ਇੰਨਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਸਾਰਿਆਂ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਫਿਰ ਕੇਂਦਰ ਸਰਕਾਰ ਦੇ ਨਾਲ ਕੋਈ ਇੱਕ ਏਜੰਡਾ ਤੈਅ ਕਰਕੇ ਗੱਲਬਾਤ ਕੀਤੀ ਜਾਵੇ ਤਾਂ ਫਿਰ ਸਾਰੇ ਮਸਲੇ ਹੱਲ ਹੋ ਸਕਦੇ ਆ। ਤੁਸੀਂ ਕਰਨੈਲ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਰਹਿ ਕੇ ਵੀ ਬਹੁਤ, ਜਿੱਦਾਂ ਤੁਸੀਂ ਆਪ ਹੀ ਜ਼ਿਕਰ ਕੀਤਾ, ਇਹ ਸੰਘਰਸ਼ ਲੜਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨਾਲ ਮੁੱਖ ਬੁਲਾਰੇ ਵੀ ਹੋ, ਤੁਹਾਨੂੰ ਜਿੱਦਾਂ ਤੁਹਾਡੀ ਜਥੇਬੰਦੀ ਜਾਂ ਤੁਸੀਂ ਇਹਨਾਂ ਮਸਲਿਆਂ ਨੂੰ ਲੈ ਕੇ ਕੀ ਕਰ ਰਹੇ ਹੋ ਜਾਂ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਅਕਾਲੀ ਦਲ ਨੇ ਜਦੋਂ ਹਮੇਸ਼ਾ ਹੀ ਹੁਣ 100 ਸਾਲ ਵੀ ਹੋ ਜਾਣਾ, ਅਕਾਲੀ ਦਲ ਦੀ ਸ਼ਤਾਬਦੀ ਵੀ ਅਗਲੇ ਸਾਲ ਆ ਜਾਣੀ ਆ, 99 ਸਾਲ ਦਾ ਅਕਾਲੀ ਦਲ ਹੋ ਗਿਆ, 100 ਸਾਲ ਦੇ ਹੁੰਦਿਆਂ ਹੁੰਦਿਆਂ ਏਦਾਂ ਤਾਂ ਨੀ ਹੋਊਗਾ ਬਈ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਭੋਗ ਹੀ ਪੈ ਜਾਵੇ? ਨਹੀਂ ਨਹੀਂ ਨਹੀਂ, ਦੇਖੋ ਇਹ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਦਾ ਭੋਗ ਕੋਈ ਨਾ ਪਾ ਸਕਿਆ ਨਾ ਪਵੇਗਾ, ਕਿਉਂਕਿ ਇਹਦੇ ਵਿੱਚ ਬੜੇ ਬੜੇ ਉਹ ਮਹਾਨ ਯੋਧੇ, ਉਹਨਾਂ ਦੀਆਂ ਕੁਰਬਾਨੀਆਂ ਔਰ ਉਹਨਾਂ ਦਾ ਜਜ਼ਬਾ ਜਿਹੜਾ ਹੈ ਉਹ ਸਮਾਇਆ ਹੋਇਆ। ਸੋ ਅਸਲ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਸੰਸਥਾ ਜਾਂ ਕੋਈ ਵੀ ਪਰਿਵਾਰ ਹੈ ਉਸ ਦੇ ਵਿੱਚ ਉਦੋਂ ਗਿਰਾਵਟ ਆਉਂਦੀ ਹੈ ਜਦੋਂ ਪਰਿਵਾਰ ਦੇ ਮੈਂਬਰ ਆਪਣੇ ਪਰਿਵਾਰ ਨੂੰ ਆਪ ਹੀ ਖਤਮ ਕਰਨ ਤੇ ਤੁਲ ਪਏ ਹੋਣ। ਤੇ ਹੁਣ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇਹੋ ਹੀ ਅਜਾਰੇਦਾਰੀ ਦਾ ਜਿਹੜਾ ਬੋਲ ਬਾਲਾ ਚੱਲਿਆ, ਜਿਸ ਤਰੀਕੇ ਨਾਲ ਜਿਵੇਂ ਹੁਣ 99 ਸਾਲ ਪੂਰੇ ਹੋ ਰਹੇ ਨੇ 14 ਦਸੰਬਰ ਨੂੰ, ਤੇ ਆਪਾਂ ਆਮ ਹੀ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੀ ਜ਼ਮੀਨ ਹੈ ਕਈ ਵਾਰੀ ਲੀਜ਼ ਤੇ 99 ਸਾਲ ਦਾ ਪਤਾ ਮਿਲ ਜਾਂਦਾ। ਤੇ ਸਾਨੂੰ ਇੰਜ ਲੱਗਦਾ ਕਿ ਬਾਦਲ ਪਰਿਵਾਰ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਤਾਂ 99 ਸਾਲਾ ਪਟਾ ਕਰਵਾਇਆ ਹੋਇਆ ਤੇ ਅਸੀਂ ਇਹਨੂੰ ਉਸ ਮੁਤਾਬਕ ਚਲਾਉਣਾ, ਤੇ ਅਸੀਂ ਤਾਂ ਹੁਣ ਇਹ ਮਹਿਸੂਸ ਕਰ ਰਹੇ ਹਾਂ ਕਿ 99 ਸਾਲ ਵੀ ਉਹਨਾਂ ਦੇ ਪੂਰੇ ਹੋ ਚੁੱਕੇ ਨੇ ਤੇ ਹੁਣ 14 ਦਸੰਬਰ ਨੂੰ ਜਿਵੇਂ ਤੁਸੀਂ ਅੱਜ ਦੇ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਰਿਪੋਰਟਾਂ ਤੁਸੀਂ ਆਪ ਵੀ ਪ੍ਰਕਾਸ਼ਿਤ ਕੀਤੀਆਂ ਹੋਣਗੀਆਂ ਕਿ ਅਸੀਂ ਬੀਤੀ ਰਾਤ ਇਕੱਠੇ ਹੋਏ ਸੀ ਢੀਂਡਸਾ ਸਾਹਿਬ ਜਿਹੜੇ
ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਨੇ ਔਰ ਜਿਨ੍ਹਾਂ ਦੇ ਬੇਟੇ ਵੀ ਬਾਦਲ ਸਰਕਾਰ ਦੇ ਵਿਚ ਫਾਈਨਾਂਸ ਮਿਨਿਸਟਰ ਰਹੇ ਨੇ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਅਸੀਂ ਉਹਨਾਂ ਦੇ ਘਰ ਇਕੱਠੇ ਹੋਏ ਸੀ ਕੱਲ ਰਾਤ, ਔਰ ਉੱਥੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਰਵਿੰਦਰ ਸਿੰਘ, ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਆਪਣੇ ਇਹਨਾਂ ਦੇ ਬਾਦਲ ਪਰਿਵਾਰ ਦੇ ਵਿਚੋਂ ਜਿਹੜੇ ਅਲੱਗ ਹੋਏ ਨੇ ਹਰ ਸੁਖਿੰਦਰ ਸਿੰਘ ਬੱਬੀ ਬਾਦਲ, ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਹ ਇਹੋ ਹੀ ਵਿਚਾਰ ਵਟਾਂਦਰਾ ਕੀਤਾ ਕਿ ਜਿਹੜਾ 1920 ਨੂੰ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਬਣਿਆ, ਉਹਦੇ ਨੇੜੇ 90 ਸਾਲ ਪੂਰੇ ਹੋਣ ਤੇ ਅਸੀਂ ਸਾਰੇ ਜਿੰਨੇ ਵੀ ਵੈਟਰਨ ਅਕਾਲੀ ਹੈਗੇ ਨੇ ਸਾਰੇ ਇਕੱਠੇ ਹੋਣ ਔਰ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 100 ਸਾਲਾਂ ਸ਼ਤਾਬਦੀ ਆ ਰਹੀ ਹੈ ਉਹ ਮਨਾਉਣ ਵਾਸਤੇ ਇੱਕ ਸਾਲ ਪੂਰਾ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਅਕਾਲੀ ਸੋਚ ਹੈ ਉਹਨੂੰ ਦੁਬਾਰਾ ਖੜਾ ਕੀਤਾ ਜਾ ਸਕੇ, ਕਿਉਂਕਿ ਅਕਾਲੀ ਸੋਚ ਜਿਹੜੀ ਹੈ ਉਹ ਅਕਾਲ ਦੇ ਪੁਜਾਰੀਆਂ ਦੀ ਸੋਚ ਸੀ, ਉਸ ਸੋਚ ਦੇ ਉੱਤੇ ਜਦੋਂ ਤੱਕ ਅਸੀਂ ਪਹਿਰਾ ਨਹੀਂ ਦਿਆਂਗੇ ਉਦੋਂ ਤੱਕ ਪੰਜਾਬ ਦੇ ਹਾਲਾਤ ਜਿਹੜੇ ਉਹ ਨਹੀਂ ਸੁਧਰ ਸਕਦੇ, ਕਿਉਂਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਇਹ ਇਸੇ ਕਰਕੇ ਕੀਤਾ ਗਿਆ ਸੀ ਕਿ ਅਸੀਂ ਆਪਣੇ ਪੰਜਾਬ ਨੂੰ ਹਰ ਪੱਖ ਤੋਂ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ, ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਮਤਭੇਦ ਪਿਛਲੇ ਸਾਲਾਂ ਤੋਂ ਚੱਲ ਰਿਹਾ ਸੀ ਬਾਦਲ ਪਰਿਵਾਰ ਨਾਲ, ਤੇ ਉਹ ਇੱਕ ਹੁਣ ਮੌਕਾ ਸੀ ਜਿਸ ਨੂੰ ਲੈ ਕੇ ਅਸੀਂ ਇਹ ਸਾਰਿਆਂ ਨੇ ਇਕੱਠੇ ਹੋ ਕੇ ਤੇ ਸਾਰੇ ਯਤਨ ਕੀਤੇ ਆ, ਸਾਨੂੰ ਉਹਦੇ ਚ ਸਫਲਤਾ ਵੀ ਮਿਲ ਰਹੀ ਹੈ, ਜਿਹੜੇ ਬੈਂਸ ਬ੍ਰਦਰਜ ਨੇ ਉਹਨਾਂ ਨੇ ਵੀ ਹਾਂ ਭਰੀ ਏ, ਔਰ ਹੋਰ ਬਹੁਤ ਸਾਰੇ ਅਕਾਲੀ ਨੇ ਜਥੇਦਾਰ ਮੇਜਰ ਸਿੰਘ ਉਬੋਕੇ ਵਰਗੇ ਜਾਂ ਜਿਹੜੇ ਅਲੱਗ ਅਲੱਗ ਅਕਾਲੀ ਪਰਿਵਾਰ ਨੇ ਉਹ ਹੁਣ ਸਾਡੇ ਨਾਲ ਸੰਪਰਕ ਕਰ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿਚ ਸਾਨੂੰ ਲੱਗਦਾ ਕਿ ਅਸੀਂ ਉਹਦੇ ਚ ਕਾਮਯਾਬ ਹੋਵਾਂ। ਕਰਨੈਲ ਸਿੰਘ ਜੀ, ਇਹ ਗੱਲ ਜਿੱਦਾਂ ਤੁਸੀਂ ਆ ਚੋਣਾਂ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਚੋਣਾਂ ਉਦੋਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਉਦੋਂ ਵੀ ਬੜਾ ਤੁਸੀਂ ਤੇ ਜਿੱਦਾਂ ਮਤਲਬ ਉਪਰਾਲਾ ਕਰਦੇ ਆ, ਪਰ ਜਿਹੜੇ ਜਿੱਦਾਂ ਤੁਸੀਂ ਬੈਂਸ ਬ੍ਰਦਰ ਦੀ ਗੱਲ ਕੀਤੀ ਆ, ਆਪਣੇ ਸੁਖਪਾਲ ਸਿੰਘ ਖਹਿਰਾ ਆ ਜਾਂ ਹੋਰ ਬਹੁਜਨ ਸਮਾਜ ਪਾਰਟੀ ਆ ਤੇ ਇਹਨਾਂ ਦੀ ਗੱਲ ਕਰ ਲਈਏ, ਇਹਨਾਂ ਨੇ ਉਸ ਵੇਲੇ ਵੀ ਫਿਰ ਬਾਅਦ ਦੇ ਵਿਚ ਮਤਲਬ ਕੋਈ ਡੀ ਪ੍ਰਾਪਤੀ ਨਹੀਂ ਹੋਈ, ਫੇਰ ਹੁਣ ਦੀ ਗੱਲ ਕਰ ਲਈ ਆ 2 ਤਰੀਕ ਨੂੰ 2 ਦਸੰਬਰ ਜਦੋਂ ਗਿਆ ਚੰਡੀਗੜ੍ਹ ਦੇ ਵਿਚ ਵੀ ਇੱਕ ਮਤਲਬ ਜਿਹੜੇ ਉਹ ਵੀ ਅਕਾਲੀ ਦਲ ਬਾਦਲ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜੇ ਵਿਰੋਧ ਦੇ ਵਿਚ ਆ, ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਜਿਨ੍ਹਾਂ ਕੋਲ ਅਕਾਲੀ ਦਲ ਵੱਲੋਂ, ਉਹਦੇ ਵਿਚ ਵੱਖ ਵੱਖ ਦਲਾਂ ਨੇ ਆ ਕੇ ਉੱਥੇ ਮਤਲਬ ਇੱਕ ਸੈਮੀਨਾਰ ਵੀ ਕੀਤਾ, ਉਹਦੇ ਚ ਵੀ ਕਿਹਾ ਵੀ ਅਸੀਂ ਆ ਜਿਹੜਾ ਅਕਾਲੀ ਦਲ ਦੀ ਜਿਹੜੀ ਆ 100 ਸਾਲ ਪੂਰੇ ਹੋਣ ਤੇ ਆ ਕਰਾਂਗੇ, ਤੁਸੀਂ ਵੀ ਐਲਾਨ ਕੀਤਾ, ਤੇ ਇੱਕ ਤਾਂ ਜਿਹੜੇ ਅਕਾਲੀ ਦਲ ਬਾਦਲ ਤੋਂ ਵੱਖਰੇ ਆ ਉਹ ਵੀ ਨੀ ਹੋ ਰਿਹਾ, ਉਹ ਵੀ ਨੀ ਇਕੱਠੇ ਹੋ ਰਹੇ? ਨਹੀਂ ਦੇਖੋ, ਇਹ ਇੱਕ ਦਿਨ ਦੇ ਵਿਚ ਨੀ ਹੋਣਾ, ਉਹਦੇ ਵਿਚ ਅਸੀਂ ਹੁਣ ਨਾ ਥੋੜਾ ਜਿਹਾ ਇੱਕ ਪੈਂਚ ਦਾ ਜਿਹੜਾ ਉਹ ਇਹ ਬਦਲਿਆ ਹੈ ਤੇ ਅਸੀਂ ਇਹ ਜਿਵੇਂ ਕਿਸੇ ਚੀਜ਼ ਦਾ ਘੋਖ ਕੀਤੀ ਜਾਂਦੀ ਹੈ, ਅਸੀਂ ਵੇਖਿਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਇੱਕ ਚੜਤ ਹੋਈ ਸੀ 2017 ਤੋਂ ਪਹਿਲਾਂ ਤੇ 2017 ਦਾ ਜਦੋਂ ਇਲੈਕਸ਼ਨ ਲੜਦਿਆਂ ਚੜਤ ਇਲੈਕਸ਼ਨ ਲੜਦਿਆਂ ਹੀ ਜਿਹੜੀ ਉਹ ਤਕਰੀਬਨ 100 ਦੇ ਵਿਚੋਂ 25% ਰਹਿ ਗਈ, ਮਤਲਬ ਕਿ ਜਿੱਥੇ 117 ਸੀਟਾਂ ਜਿੱਤਣੀਆਂ ਸੀ ਉੱਥੇ ਉਹ ਸਿਰਫ 20 ਸੀਟਾਂ ਜਿੱਤ ਸਕੇ, 20 ਜਾਂ 22 ਸੀਟਾਂ। ਤਾਂ ਇਹ ਕਾਰਨ ਕੀ ਹੈ? ਉਸ ਕਾਰਨ ਨੂੰ ਘੋਖਿਆ ਗਿਆ ਤੇ ਉਹਦੇ ਵਿਚ ਇੱਕੋ ਗੱਲ ਸਾਹਮਣੇ ਆਈ ਹੈ ਕਿ ਲਾਈਕ ਮਾਈਂਡਡ ਸੋਚ ਵਾਲੇ ਜਦੋਂ ਤੁਸੀਂ ਬੰਦੇ ਸਾਰੇ ਇਕੱਠੇ ਕਰੋਗੇ ਤਾਂ ਫੇਰ ਹੀ ਇਹ ਮਸਲਾ ਹੱਲ ਹੋਵੇਗਾ, ਜਦੋਂ ਵੱਖ ਵੱਖ ਵਿਚਾਰਧਾਰਾ ਦੇ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰੋਗੇ। ਹੁਣ ਜਿਹੜਾ ਆਮ ਆਦਮੀ ਪਾਰਟੀ ਜਦੋਂ ਬਣੀ ਸੀ ਤਾਂ ਉਹਦੇ ਵਿਚ ਤਰ੍ਹਾਂ ਤਰ੍ਹਾਂ ਦੀ ਕਿਸਮ ਦੇ ਲੋਕ ਆ ਗਏ ਸੀ,
ਉਹ ਚਾਹੁੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਮਾਹੌਲ ਉਹਨੂੰ ਬਦਲਣਾ। ਫਿਰ ਜਦੋਂ ਤੀਸਰਾ ਫਰੰਟ ਬਣਿਆ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਆਪਣੀ ਸੋਚ ਸੀ, ਬੈਂਸ ਬ੍ਰਦਰ ਦੀ ਆਪਣੀ ਸੋਚ ਸੀ, ਔਰ ਜਿਹੜੇ ਗਾਂਧੀ ਸਨ ਉਹਨਾਂ ਦੀ ਆਪਣੀ ਸੋਚ ਸੀ, ਕਮਿਊਨਿਸਟ ਜਿਹੜੇ ਉਹਨਾਂ ਨੇ ਵਿੱਚ ਲਏ ਸੀ ਉਹਨਾਂ ਦੀ ਆਪਣੀ ਸੋਚ ਸੀ। ਪਰ ਹੁਣ ਅਸੀਂ ਜਿਹੜੀ ਇਸ ਦੇ ਵਿੱਚ ਲੈ ਰਹੇ ਹਾਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ। ਬੈਂਸ ਬ੍ਰਦਰ ਦਾ ਮੈਂ ਤਾਂ ਜ਼ਿਕਰ ਕੀਤਾ ਕਿ ਉਹ ਕਹਿੰਦੇ ਨੇ ਕਿ ਸਾਡੇ ਦਾਦੇ ਪੜਦਾਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ। ਔਰ ਤੁਹਾਨੂੰ ਯਾਦ ਹੋਵੇਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਦੋਨੋਂ ਭਰਾ ਇਹਦੇ ਵਿੱਚ ਵੀ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ, ਬਲਵਿੰਦਰ ਸਿੰਘ ਬੈਂਸ ਵੀ ਤੇ ਸਿਮਰਜੀਤ ਬੈਂਸ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ, ਉਹਨਾਂ ਦੇ ਜਿਹੜੇ ਪਿਤਾ ਜੀ ਸਨ ਸਰਦਾਰ ਸਚਜਿੰਦਰ ਸਿੰਘ, ਉਹ ਕੱਟੜ ਅਕਾਲੀ ਰਹੇ ਨੇ। ਤੇ ਇਸ ਤਰ੍ਹਾਂ ਦੇ ਅਸੀਂ ਜਿਹੜੇ ਨਾ ਕਿ ਸਿਰਫ ਅਕਾਲੀ ਸੋਚ ਵਾਲੇ ਬੰਦੇ, ਚਾਹੇ ਉਹ ਆਮ ਆਦਮੀ ਪਾਰਟੀ ਚ ਬੈਠੇ ਹੋਏ ਨੇ, ਚਾਹੇ ਉਹ ਬਹੁਜਨ ਸਮਾਜ ਪਾਰਟੀ ਚ ਬੈਠੇ ਨੇ, ਚਾਹੇ ਉਹ ਕਿਸੇ ਹੋਰ ਦਲ ਵਿੱਚ ਬੈਠੇ ਨੇ, ਜਿਹੜੇ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਰਹੇ ਨੇ, ਉਹਨਾਂ ਨੂੰ ਪਹਿਲਾਂ ਉਹਨਾਂ ਸਾਰੇ ਪਰਿਵਾਰਾਂ ਨੂੰ ਇਕੱਠਾ ਕਰਨ ਦਾ ਇੱਕ ਯਤਨ ਕੀਤਾ ਤੇ ਉਹਦੀ ਸ਼ੁਰੂਆਤ ਕੀਤੀ ਹੈ ਢੀਂਡਸਾ ਪਰਿਵਾਰ ਤੋਂ। ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਲੰਮੇ ਸਮੇਂ ਤੋਂ, ਇਸੇ ਤਰ੍ਹਾਂ ਸਰਦਾਰ ਰਵਿੰਦਰ ਸਿੰਘ, ਚਾਹੇ ਉਹ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਨਾਲ ਉਹਨਾਂ ਦੀ ਇੱਕ ਦੋਸਤੀ ਰਹੀ ਹੈ, ਜੱਗ ਜਾ ਰਹੇ ਉਹ ਦੋਸਤੀ, ਲੇਕਿਨ ਉਹ ਕਦੇ ਵੀ ਕਾਂਗਰਸ ਵਾਲੇ ਪੱਖ ਚ ਨਹੀਂ ਗਏ, ਵੈਸੇ ਕਦੇ ਉਹਨਾਂ ਨੇ ਪਾਰਟੀ ਦੂਸਰੀ ਨੀ ਜੁਆਇਨ ਕੀਤੀ, ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ ਤੇ ਬਾਦਲ ਪਰਿਵਾਰ ਦੇ ਨਾਲ ਉਹਨਾਂ ਦਾ ਸ਼ੁਰੂ ਤੋਂ ਹੀ ਭਾਵੇਂ ਰਿਸ਼ਤੇਦਾਰੀ ਵੀ ਬੜੀ ਗੂੜੀ, ਲੇਕਿਨ ਉਹਨਾਂ ਨੇ ਹਮੇਸ਼ਾ ਉਹਨਾਂ ਦੇ ਨਾਲ ਸਿਧਾਂਤਕ ਤੌਰ ਤੇ ਟੱਕਰ ਲਈ। ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਹੁਣ ਇਕੱਠਾ ਕਰਕੇ ਤੇ ਜਿਹੜਾ ਇੱਕ ਨਵੀਂ ਅਸੀਂ ਇਹ ਕਰ ਰਹੇ ਹਾਂ ਕਿ ਇਸ ਦੇ ਵਿੱਚ ਗੁਰੂ ਮਹਾਰਾਜ ਸਾਨੂੰ ਸਭ ਸਿਮਰਜੀਤ ਸਿੰਘ ਮਾਨ ਦੀ ਵੀ ਗੱਲ ਕਰ ਲਈਏ, ਮਤਲਬ ਜਾਂ ਆਪਾਂ ਗੁਰਦੀਪ ਸਿੰਘ ਬਠਿੰਡੇ ਦੀ ਗੱਲ ਕਰ ਲਈਏ, ਜਾਂ ਭਾਈ ਮੋਹਕਮ ਸਿੰਘ ਆ, ਬਸਨ ਸਿੰਘ ਜੱਫਰ ਵਾਲੇ ਆ, ਜਾਂ ਹੋਰ ਵੀ ਆ, ਇਹਨਾਂ ਦੀ ਸੋਚ ਤੁਸੀਂ ਜਿਹੜੇ ਅਕਾਲੀ ਸੋਚ ਤੋਂ ਵੱਖਰੀ ਮੰਨਦੇ ਆ, ਵੀ ਇਹਨਾਂ ਦੀ ਸੋਚ ਵੱਖਰੀ ਆ ਤੁਹਾਡੇ ਨਾਲੋਂ? ਨਹੀਂ ਨਹੀਂ, ਦੇਖੋ ਵੇਖੋ, ਸੋਚ ਇਹ ਹੁੰਦੀ ਹੈ ਕਿ ਇੱਕ ਜਿਹੜੀ ਪਾਰਟੀ ਦੇ ਜਿਹੜੇ ਬੰਦੇ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਵਿੱਚ ਰਹੇ ਨੇ ਇਕੱਠੇ, ਜਿਵੇਂ ਢੀਂਡ ਸਾਹਿਬ ਨੇ ਆਪਣੇ ਹੈਗੇ ਨੇ, ਰਣਜੀਤ ਸਿੰਘ ਬ੍ਰਹਮਪੁਰਾ ਨੇ, ਸੇਵਾ ਸਿੰਘ ਸੇਖਵਾ ਨੇ, ਰਵਿੰਦਰ ਸਿੰਘ ਨੇ, ਇਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇੱਕ ਦੇ ਵਿੱਚ ਹੀ ਰਹੇ ਨੇ ਤੇ ਇਹਨਾਂ ਬੰਦਿਆਂ ਨੂੰ ਜਦੋਂ ਇਹ ਸਾਰੇ ਇਕੱਠੇ ਹੋ ਜਾਂਦੇ ਇੱਕ ਜਗ੍ਹਾ ਦੇ ਉੱਤੇ, ਤਾਂ ਫਿਰ ਦੂਸਰੇ ਪਾਸੇ ਵੀ ਹੱਥ ਲਾਇਆ ਜਾ ਸਕਦਾ, ਉਹ ਇੱਕ ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੈਗੀ। ਲੇਕਿਨ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਕਿ ਉਹਨਾਂ ਦੀ ਵਿਚਾਰਧਾਰਾ, ਦੇਖੋ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਨ ਸਾਹਿਬ ਦਾ ਜਿਹੜਾ ਇੱਕ ਏਜੰਡਾ ਹੈ ਉਹ ਇਹ ਗੱਲ ਕਹਿੰਦੇ ਕਿ ਮੈਂ ਇਲੈਕਸ਼ਨ ਵੀ ਲੜਨਾ ਤੇ ਮੈਂ ਦੂਸਰੇ ਪਾਸੇ ਜਿਹੜਾ ਆਪਣਾ ਖਾਲਿਸਤਾਨ ਦੀ ਗੱਲ ਹੈ, ਸਿੱਖ ਰਾਜ ਦੀ ਗੱਲ ਹੈ, ਉਹ ਵੀ ਕਰਨੀ ਹੈ। ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਮਤਾ ਹੈ, ਜਿਹੜਾ 1973 ਦਾ ਮਤਾ ਹੈ, ਜਿਹਦੇ ਉੱਤੇ ਲਗਾਤਾਰ ਸਾਰੀ ਕੌਮ ਧਰਮ ਜਿੱਤ ਮੋਰਚੇ ਦੇ ਵਿੱਚ ਤੱਕ ਵੀ ਲੜਾਈ ਲੜਦੀ ਰਹੀ ਹੈ, ਤਾਂ ਉਹ ਵੀ ਇਹੋ ਫੈਡਰਲ ਸਟਰਕਚਰ ਦੀ ਗੱਲ ਕਰਦਾ। ਸੋ ਮਿਨੀਮਮ ਪ੍ਰੋਗਰਾਮ ਤਾਂ ਸਾਰਾ ਸਾਂਝਾ ਇੱਕ ਬਣਾਉਣਾ ਪਵੇਗਾ ਨਾ, ਜਿਸ ਦੇ ਉੱਤੇ ਸਾਰੇ ਇਕੱਠੇ ਹੋ ਕੇ ਤੁਸੀਂ ਪੰਜਾਬ ਦੇ ਵਿੱਚ ਕੋਈ ਤਬਦੀਲੀ ਦਾ ਯੁੱਗ ਲਿਆ ਸਕੋ। ਤਾਂ ਉਸ ਲਈ ਜਿਹੜੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ ਉਹਦੀ ਇੱਕੋ ਇੱਕ ਧਾਰਨਾ ਹੈ ਕਿ ਪਹਿਲਾਂ ਸਾਨੂੰ ਇੱਕ ਮਿਨੀਮਮ ਪ੍ਰੋਗਰਾਮ ਜਿਹੜਾ ਇੱਕ ਏਜੰਡੇ ਤਹਿਤ ਇਕੱਠਾ ਕਰਨ ਦੀ ਲੋੜ ਹੈਗੀ ਹੈ।
ਸੋ ਉਹਦੇ ਉੱਤੇ ਵਰਕ ਹੋ ਰਿਹਾ ਤਾਂ ਕਿਸੇ ਦੇ ਹੋਰ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਕੋਈ ਸ਼ੂਆ ਛਾਤ ਹੈਗੀ ਕਿਸੇ ਦੇ। ਤੁਸੀਂ ਆਪਾਂ ਪ੍ਰੋਗਰਾਮ ਦੇ ਆਖਿਰ ਵੱਲ ਨੂੰ ਵਧਿਆ, ਤੁਸੀਂ ਜਾਂ ਤੁਹਾਡਾ ਅਕਾਲੀ ਦਲ ਜਾਂ ਜਿਹੜੇ ਤੁਹਾਡੇ ਸਹਿਯੋਗੀ ਆ, ਸੋਚਦੇ ਆ ਕਿ ਜਿਵੇਂ ਪਹਿਲਾਂ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਫਾਂਸੀ ਜਦੋਂ ਰੱਦ ਕਰਾਈ ਆ, ਪੂਰਾ ਪੰਜਾਬ ਇਕਮੁੱਠ ਹੋ ਗਿਆ, ਤੇ ਭਾਵੇਂ ਉਦੋਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪਿਆ ਤੇ ਉਹਨਾਂ ਨੇ ਵੀ ਜਾ ਕੇ ਰਾਸ਼ਟਰਪਤੀ ਦੇ ਕੋਲ ਅਪੀਲ ਕੀਤੀ, ਇਹੋ ਜਿਹੀ ਲੋਕ ਲਹਿਰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਆ ਜਾਂ ਇਹਦੇ ਲਈ ਕੋਈ ਉਪਰਾਲਾ ਕਰ ਰਹੇ ਜਾਂ ਇੱਦਾਂ ਦੀ ਲਹਿਰ ਚਲਾਉਣ ਦੇ ਤੁਸੀਂ ਸਮਰੱਥ ਹੈਗੇ ਆ ਹੁਣ ਪੰਜਾਬ ਦੇ ਵਿੱਚ? ਦੇਖੋ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਲਹਿਰਾਂ ਨਹੀਂ ਹੁੰਦੀਆਂ, ਉਹ ਇੱਕ ਸਾਹਮਣੇ ਉਸ ਵੇਲੇ ਇੱਕ ਚੁਣੌਤੀ ਸੀ ਕਿ ਇੱਕ ਅਚਨਚੇਤ ਦੀ ਇਹ ਫੈਸਲਾ ਕਰਕੇ ਕਹਿ ਦਿੱਤਾ ਗਿਆ ਕਿ ਇੰਨੀ ਤਰੀਕ ਨੂੰ ਅਸੀਂ ਉਹਨਾਂ ਨੂੰ ਫਾਂਸੀ ਲਾਉਣਾ ਚਾਹੁੰਦੇ ਹਾਂ ਤੇ ਉਹਨੂੰ ਲਾਵਾਂਗੇ, ਤਾਂ ਉਹ ਇੱਕ ਇਸ ਤਰ੍ਹਾਂ ਦੀ ਚੁਣੌਤੀ ਸੀ ਜਿਸ ਨੂੰ ਪੰਜਾਬ ਵਾਸੀਆਂ ਨੇ ਚੁਣੌਤੀ ਵਜੋਂ ਲੈ ਕੇ ਉਹਦੇ ਵਿਰੋਧ ਚ ਖੜੇ ਹੋਏ ਸੀ। ਹੁਣ ਗੱਲਾਂ ਦੋ ਨੇ, ਇੱਕ ਹੈਗੇ ਨੇ ਭਾਈ ਜਗਤਾਰ ਸਿੰਘ ਹਵਾਰਾ, ਉਹਨੂੰ ਤਾਂ ਉਹੋ ਹੀ ਲੋਕ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਲਈ ਤਾਂ ਫਾਂਸੀ ਮੰਗ ਰਹੇ ਪਏ ਨੇ ਕਿ ਉਹਦੀ ਉਮਰ ਕੈਦ ਜਿਹੜੀ ਫਾਂਸੀ ਦੇ ਵਿੱਚ ਬਦਲੀ ਜਾਵੇ, ਉਹੋ ਹੀ ਬੰਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਬਲਵੰਤ ਸਿੰਘ ਰਾਜੋਆਣਾ ਹੈ ਉਹਦੀ ਮੌਤ ਦੀ ਸਜ਼ਾ ਜਿਹੜੀ ਹੈ ਉਮਰ ਕੈਦ ਦੇ ਵਿੱਚ ਬਦਲੀ ਜਾਵੇ। ਸੋ ਇਹ ਜਿਹੜੀਆਂ ਨੇ ਇਹ ਕਨਫਲਿਕਟ ਇੱਕ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹੜਾ ਕਿ ਮੈਂ ਸਮਝਣਾ ਕਿ ਬੜਾ ਹੀ ਮੰਦਭਾਗਾ ਹੈ ਕਿ ਬੰਦੇ ਦੋਨੋਂ ਹੀ ਇੱਕੋ ਹੀ ਸੰਘਰਸ਼ ਦੀ ਕੜੀ ਦੇ ਨੇ ਔਰ ਇੱਕੋ ਹੀ ਢੰਗ ਤਰੀਕਾ ਸੀ, ਇੱਕੋ ਹੀ ਕੇਸ ਸੀ ਉਹਨਾਂ ਦੇ ਉੱਤੇ, ਲੇਕਿਨ ਇੱਕ ਨੂੰ ਇਸ ਤਰੀਕੇ ਨਾਲ ਵੇਖਿਆ ਜਾ ਰਿਹਾ, ਦੂਜੇ ਨੂੰ ਇੱਕ ਨੂੰ ਸੱਤਵਾਦੀ ਸਮਝਿਆ ਜਾ ਰਿਹਾ ਤੇ ਦੂਜੇ ਨੂੰ ਅੱਤਵਾਦੀ ਸਮਝਿਆ ਜਾ ਰਿਹਾ। ਸੋ ਇਹ ਹਕੂਮਤ ਨੂੰ ਜਿਹੜੇ ਬੰਦੇ ਸੰਘਰਸ਼ ਕਰ ਰਹੇ ਨੇ, ਜਿਹੜੇ ਇਸ ਲਈ ਯਤਨ ਕਰ ਰਹੇ ਨੇ, ਚਾਹੇ ਬਾਹਰੋਂ ਕਰ ਰਹੇ ਨੇ, ਚਾਹੇ ਅੰਦਰੋਂ ਕਰ ਰਹੇ ਨੇ, ਚਾਹੇ ਵਿਦੇਸ਼ਾਂ ਚੋਂ ਕਰ ਰਹੇ ਨੇ, ਚਾਹੇ ਪੰਜਾਬ ਚੋਂ ਕਰ ਰਹੇ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹਨੂੰ ਸਰਬੱਤ ਖਾਲਸਾ ਦੇ ਵਿੱਚ ਕਾਲਪਥ ਦਾ ਜਥੇਦਾਰ ਬਣਾਇਆ ਗਿਆ, ਉਹਨਾਂ ਨੂੰ ਉਮਰ ਕੈਦ ਹੋਈ ਹੈ, ਤਾਂ ਉਹਨਾਂ ਲਈ ਇੱਕ ਰਿੱਟ ਪਾ ਕੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਉਮਰ ਕੈਦ ਜਿਹੜੀ ਉਹ ਫਾਂਸੀ ਦੇ ਵਿੱਚ ਬਦਲੀ ਜਾਵੇ। ਠੀਕ, ਇਹ ਤੁਸੀਂ ਦੇਖੋ ਉਹੀ ਬੰਦੇ ਜਿਹੜੇ ਨੇ ਉਹ ਚਾਹੇ ਅਕਾਲੀ ਦਲ ਬਾਦਲ ਚਾਹੇ ਕਹਿੰਦੇ ਨੇ ਕਿ ਅਸੀਂ ਬਲਵੰਤ ਸਿੰਘ ਹੋਰਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ ਕਰਾਉਣਾ ਚਾਹੁੰਦੇ ਆ, ਬੜਾ ਵੱਡਾ ਸਵਾਲ ਹੈ ਜਿਹਦਾ ਸਾਂਝੇ ਤੌਰ ਤੇ ਦੇਣ ਦੀ ਲੋੜ। ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਮੰਗ ਕੌਣ ਕਰ ਰਿਹਾ, ਕੋਈ ਅਕਾਲੀ ਦਲ ਬਾਦਲ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ? ਦੇਖੋ ਜੀ, ਸਾਜ਼ਿਸ਼ਾਂ ਤਾਂ ਰਚੀਆਂ ਹੀ ਨੇ, ਇਹ ਤਾਂ ਖੋਜ ਕਰਨ ਦੀ ਤੁਹਾਡੇ ਵਰਗੇ ਸੀਨੀਅਰ ਜਰਨਲਿਸਟ ਨੂੰ ਚਾਹੀਦੀ ਹੈ ਕਿ ਉਹ ਇਸ ਗੱਲ ਨੂੰ ਵੇਖਣ ਤੇ ਉਹਨਾਂ ਉਹ ਇਹ ਕੌਣ ਲੋਕ ਨੇ ਜਿਹੜੇ ਇਹੋ ਜਿਹੀਆਂ ਸ਼ਰਾਰਤਾਂ ਕਰ ਰਹੇ ਨੇ ਜਾਂ ਇਹੋ ਜਿਹੀਆਂ ਸਾਜ਼ਿਸ਼ਾਂ ਰਚ ਰਹੇ ਨੇ। ਤੇ ਬਹੁਤ ਗੱਲਾਂ ਤੇ ਵੀ ਆ ਰਹੀਆਂ ਜਿੱਦਾਂ ਲੋਕਾਂ ਦੇ ਵਿੱਚੋਂ ਵੀ ਜਿਹੜੇ ਬਾਹਰੋਂ ਆਪਣੇ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਇਸ ਵੇਲੇ ਨੁਮਾਇੰਦਗੀ ਕਰਦੇ ਆ, ਉਹਨਾਂ ਦਾ ਇਹ ਆ ਵੀ ਜਿਹੜੀਆਂ ਰੋਕ ਵੀ ਲੱਗੀ ਆ, ਹੁਣ ਮੈਨੂੰ ਨੀ ਪਤਾ ਇਹਦੇ ਚ ਕਿੰਨਾ ਕੁ ਸੱਚ ਹੋਊਗਾ ਵੀ ਜਿਹੜੇ ਸਿੰਘ ਨਹੀਂ ਛੱਡੇ ਤੇ ਉਹ ਬਾਹਰੋਂ ਜਿਹੜੇ ਸਿੰਘਾਂ ਨੇ ਜਾ ਕੇ ਮੀਟਿੰਗਾਂ ਕੀਤੀਆਂ ਉਹਦੇ ਕਰਕੇ ਜਗਤਾਰ ਸਿੰਘ ਹਵਾਰਾ ਦਾ ਮਸਲਾ ਵਿੱਚ ਆਉਣ ਕਰਕੇ ਹੀ ਇਹ ਸਾਰਾ ਜਿਹੜਾ ਕੰਮ ਜਿਹੜਾ ਆ ਰੁਕ ਗਿਆ। ਇਹਦੇ ਚ ਤੁਹਾਨੂੰ ਨਹੀਂ, ਮੈਂ ਇਹੋ ਗੱਲ ਕਹਿਣਾ ਚਾਹੁੰਦਾ, ਮੈਂ ਕਿਸੇ ਦੇ ਉੱਤੇ ਵੀ ਕੋਈ ਉਂਗਲ ਨਹੀਂ ਪਾਉਣਾ ਚਾਹੁੰਦਾ, ਪਰ ਮੈਂ ਕਹਿੰਦਾ ਕਹਿੰਦਾ ਇਸ ਚੀਜ਼ ਦਾ ਪੋਸਟਮਾਰਟਮ ਕਰਨਾ ਬੜਾ ਜ਼ਰੂਰੀ ਹੈ ਕਿ ਇਹ ਪਿਕ ਐਂਡ ਚੂਜ ਦੀ ਜਿਹੜੀ ਪਾਲਿਸੀ ਕਿਉਂ ਵਰਤੀ ਜਾ ਰਹੀ ਹੈ, ਕੁਝ ਬੰਦਿਆਂ ਨੂੰ ਤੁਸੀਂ ਰਿਹਾ ਕਰਾਉਣਾ ਚਾਹੁੰਦੇ ਜੇ ਕੁਝ ਨੂੰ ਫਸਾਉਣਾ ਚਾਹੁੰਦੇ ਹੋ, ਇਹ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸਾਜ਼ਿਸ਼ ਰਚ ਰਹੇ ਨੇ? ਹੋਣੀ ਚਾਹੀਦੀ ਹੈ ਜ਼ਾਹਰ, ਹੋਣੀ ਚਾਹੀਦੀ ਹੈ ਜੱਗ ਜ਼ਾਹਰ। ਸੋ ਕਰਨੈਲ ਸਿੰਘ ਜੀ,
ਜਿੱਦਾਂ ਹੁਣ ਮਸਲੇ ਕਾਫੀ, ਆਪਾਂ ਫੇਰ ਕਿਤੇ ਉੱਤੇ ਲੰਬੀ ਚੌੜੀ ਵਿਚਾਰ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹੁਣ ਜਿਹੜਾ ਅਗਲਾ ਪ੍ਰੋਗਰਾਮ ਕੀ ਆ, ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਵਿੱਚੋਂ ਉਹਨਾਂ ਤੋਂ ਜਿਹੜਾ ਅਕਾਲੀ ਦਲ ਆ ਅਸਲੀ ਅਕਾਲੀ ਦਲ ਦੇ ਮਾਲਕ ਜਾਂ ਕਹੀਏ ਉਹਦੇ ਜਿਹੜਾ ਕਰਤਾ ਧਰਤਾ ਤੁਸੀਂ ਬਣ ਜਾਓਗੇ ਜਾਂ ਕਿ ਨਹੀਂ ਹਾਲੇ? ਨਹੀਂ ਦੇਖੋ ਜੀ, ਸਾਡੇ ਸਾਡਾ ਯਤਨ ਹੈ ਤੇ ਉਹ ਯਤਨ ਇੱਕ ਦਿਨ ਦੇ ਵਿੱਚ ਤਾਂ ਨਹੀਂ ਪੂਰਾ ਹੋਣਾ, ਪਰ ਸਾਨੂੰ ਇਹ ਲੱਗਦਾ ਕਿ ਜਿਵੇਂ ਸ਼ੁਰੂਆਤ ਕੀਤੀ ਗਈ ਹੈ ਤਾਂ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨਹੀਂ, ਸ਼੍ਰੋਮਣੀ ਅਕਾਲੀ ਦਲ ਜਿਹੜਾ 14 ਦਸੰਬਰ 1920 ਨੂੰ ਬਣਿਆ ਸੀ ਉਸ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਸਾਰੇ ਪਰਿਵਾਰਾਂ ਨੂੰ ਤੇ ਜਿਹੜੇ ਇਸ ਵਕਤ ਸਰੀਰਕ ਤੌਰ ਤੇ ਹੈਗੇ ਨੇ ਪੰਜਾਬ ਦੇਸ਼ ਦੁਨੀਆਂ ਦੇ ਉੱਤੇ ਕਿਤੇ ਵੀ ਬੈਠੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਕਿ ਆਓ ਇਕੱਠੇ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਸਲ ਵਿਚਾਰਧਾਰਾ ਹੈ ਉਹਨੂੰ ਬਚਾ ਕੇ ਤੇ ਆਪਣੇ ਪੰਥ ਨੂੰ ਤੇ ਜਿਵੇਂ ਕਿ ਮੈਂ ਮਰਾਂ ਤੇ ਮੇਰਾ ਪੰਥ ਜੀਵੇ ਤੇ ਉਹ ਜਿਹੜੀ ਹੈਗੀ ਸੋਚ ਉਹਨੂੰ ਲਾਗੂ ਕਰਨ ਵਾਸਤੇ ਇੱਕ ਸਾਂਝੇ ਯਤਨ ਕੀਤੇ ਜਾਣ ਤੇ ਉਹਦੇ ਲਈ ਤਾਂ ਅਰਦਾਸ ਬਿਨੇ ਬੇਨਤੀ ਹੋ ਸਕਦੀ, ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਦਾਅਵਾ ਕਰੀਏ ਕਿ ਅਸੀਂ ਰਾਤੋ ਰਾਤ ਕੁਝ ਕਰ ਦਿਆਂਗੇ। ਉਹਦੇ ਲਈ ਇੱਕ ਵੱਡਾ ਸੰਘਰਸ਼ ਹੈ, ਉਹ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਲੰਟੀਅਰ ਨੇ ਜਿਹੜੇ ਉਹਨਾਂ ਦੇ ਸਮਰਥਕ ਨੇ ਜਾਂ ਜਿਹੜੇ ਅਕਾਲੀ ਦਲ ਨੂੰ ਪਿਆਰ ਰੱਖਣ ਵਾਲੇ ਨੇ ਉਹ ਸਾਰਿਆਂ ਨੂੰ ਅਸੀਂ ਇਕੱਠਾ ਕਰਨ ਦਾ ਯਤਨ ਕਰ ਰਹੇ ਹਾਂ। ਕਰਨੈਲ ਸਿੰਘ ਜੀ, ਜਿੱਦਾਂ ਸ਼ਤਾਬਦੀ ਕੀ ਤੁਸੀਂ ਦੱਸਿਆ ਵੀ 14 ਸਤੰਬਰ ਨੂੰ ਜਿੱਦਾਂ 99 ਸਾਲ ਹੋ ਜਾਣੇ ਆ ਦਸੰਬਰ ਨੂੰ ਸੋਰੀ, ਤੇ ਕੋਈ ਵੱਡਾ ਸਮਾਗਮ ਇਹਦੇ ਸੰਬੰਧ ਦੇ ਵਿੱਚ ਕਰ ਰਹੇ ਹੋ ਜਾਂ ਕਿ ਅਗਲੇ ਸਾਲ ਹੀ ਜਾ ਕੇ ਕਰੋਗੇ? ਨਹੀਂ, ਅਸੀਂ ਇਹਦੇ ਵਿੱਚ ਕੀ ਕਰ ਰਹੇ ਹਾਂ, ਅਸੀਂ ਇੱਕ ਤਕਰੀਬਨ 500 ਉਹ ਅਕਾਲੀ ਪਰਿਵਾਰ ਇਕੱਠੇ ਕਰ ਰਹੇ ਹਾਂ ਕਿ ਜਿਨ੍ਹਾਂ ਦਾ ਸਰੋਕਾਰ ਰਿਹਾ ਬੜਾ ਇੱਕ ਅਹਿਮ ਮੁਕਾਮ ਤੇ, ਉਹ ਸਾਰੇ ਪਰਿਵਾਰਾਂ ਦੇ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਵਿੱਚੋਂ ਕੁਝ ਦਾ ਅਸੀਂ ਮਾਨ ਸਨਮਾਨ ਵੀ ਕਰਨਾ ਚਾਹੁੰਦੇ ਹਾਂ ਤੇ ਫਿਰ ਜਦੋਂ 2020 ਦੇ ਵਿੱਚ 14 ਦਸੰਬਰ ਨੂੰ 100 ਸਾਲ ਪੂਰਾ ਹੋਣਗੇ ਉਦੋਂ ਇਕੱਠ ਜਿਹੜਾ ਉਹ ਵੱਡੀ ਗੈਦਰਿੰਗ ਕੀਤੀ ਜਾਵੇ। ਤੇ ਠੀਕ ਹੈ ਜੀ, ਕਈ ਵਾਰੀ ਏਦਾਂ ਵੀ ਹੁੰਦਾ ਵੀ ਤੁਸੀਂ ਬਹੁਤ ਸਕੀਮਾਂ ਬਣਾਉਂਦੇ ਆ ਵੀ ਕਈ ਵਾਰੀ ਜਿੱਦਾਂ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਹੀਏ ਬਹੁਤ ਵਾਰ ਹੋਇਆ ਆਪਾਂ ਮੇ ਰਣਜੀਤ ਸਿੰਘ ਬ੍ਰਹਮਪੁਰਾ ਹੋਣ ਜਾਂ ਜਿਹੜੇ ਹੋਰ ਆਗੂ ਉਧਰੋਂ ਅਕਾਲੀ ਦਲ ਬਾਦਲ ਚੋਂ ਆਏ ਆ ਵੀ ਕਿਤੇ ਉਹ ਮੁੜ ਕੇ ਬਾਜ ਮਾਰਨ ਤੇ ਮੁੜ ਕੇ ਫੇਰ ਵਾਪਸ ਉੱਥੇ ਚਲ ਜਾਣ? ਨਹੀਂ ਨਹੀਂ, ਇਹ ਹੁਣ ਦੇਖੋ ਜਿਸ ਤਰੀਕੇ ਦੇ ਨਾਲ ਸਾਰੇ ਵਿਸ਼ਵਾਸ ਦਵਾ ਰਹੇ ਨੇ ਜਿਸ ਤਰੀਕੇ ਦੇ ਨਾਲ ਰੋਜ਼ ਮੀਡੀਆ ਨੂੰ ਮੁਖਾਤਬ ਹੋ ਕੇ ਆਪਣਾ ਪੱਖ ਪੇਸ਼ ਕਰਦੇ ਨੇ ਔਰ ਸੋਹਾ ਖਾ ਕੇ ਗੱਲਾਂ ਕਰਦੇ ਨੇ, ਤਾਂ ਦੇਖੋ ਅਕਸਰ ਤਾਂ ਮਨੁੱਖ ਨੇ ਇਸ ਧਰਤੀ ਦੇ ਉੱਤੇ ਦੁਨੀਆਂ ਦੇ ਵਿੱਚ ਹੀ ਵਿਚਰਨਾ ਤੇ ਉਸ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਵਾਰ ਵਾਰ ਘਟਨਾਵਾਂ ਵਾਪਰਨ ਪਰ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਉੱਥੇ ਹੁਣ ਲੈਣ ਕੀ ਜਾਣਾ, ਸਾਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਕੱਢਿਆ, ਅਸੀਂ ਆਪਣੇ ਆਪਣੀ ਖੁਸ਼ੀ ਦੇ ਨਾਲ ਆਪਣੀ ਜ਼ਮੀਰ ਦੀ ਆਵਾਜ਼ ਦੇ ਮੁਤਾਬਕ ਜਦੋਂ ਸਾਨੂੰ ਲੱਗਾ ਕਿ ਕੱਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਹਿੰਦੇ ਕਿ ਸਾਨੂੰ ਤਾਂ ਧੀਆਂ ਦੀਆਂ ਗਾਲਾਂ ਤੱਕ ਲੋਕ ਕੱਢਣ ਲੱਗ ਪਏ ਸੀ ਸਾਡਾ ਇਹਨਾਂ ਬਾਦਲਾਂ ਕਰਕੇ, ਉਹ ਕਹਿੰਦੇ ਸੀ ਆਹ ਲੋਕ ਉਹ ਤੁਰੇ ਫਿਰਦੇ ਆ ਜਿਹੜੇ ਬੇਜ਼ਮੀਰੇ ਆ, ਕਹਿੰਦੇ ਜੀ ਇਹੋ ਜਿਹੇ ਭੈੜੇ ਸ਼ਬਦ ਸੁਣ ਸੁਣ ਕੇ ਅਸੀਂ ਤਾਂ ਸਾਡੇ ਕੰਨ ਪੱਕ ਗਏ ਸੀ ਤੇ ਅਸੀਂ ਮਜਬੂਰੀ ਬਸ ਕਿ ਇਹ ਜਦੋਂ ਸਾਡੀ ਗੱਲ ਨਹੀਂ ਸੁਣਦੇ ਤਾਂ ਅਸੀਂ ਉਹਨਾਂ ਵਿੱਚੋਂ ਬਾਹਰ ਨਿਕਲ ਕੇ ਤੇ ਅਸੀਂ ਹੋਕਾ ਦੇ ਰਹੇ ਹਾਂ ਕਿ ਭਾਈ ਇਹਨਾਂ ਤੋਂ ਬਚੋ, ਇਹ ਕਦੇ ਵੀ ਕੌਮ ਦਾ ਭਲਾ ਨਹੀਂ ਕਰ ਸਕਦੇ ਤੇ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਉਹ ਕਹਿੰਦੇ ਅਸੀਂ ਤਾਂ ਮਾਫ਼ੀ ਮੰਗ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਵੀ ਸਾਡੇ ਕੋਲ ਜਿਹੜੇ ਬਾਕੀ ਸਵਾਸ ਦੱਸੇ ਆ ਅਸੀਂ ਆਪਣੀ ਕੌਮ ਵਾਸਤੇ ਕੁਝ ਚੰਗਾ ਕਰ ਸਕੀਏ ਜਿਸ ਦੇ ਨਾਲ ਇਤਿਹਾਸ ਦੇ ਕਿਸੇ ਪੰਨੇ ਦੇ ਉੱਤੇ
ਘੱਟੋ ਘੱਟ ਇੰਨਾ ਜ਼ਿਕਰ ਹੋ ਸਕੇ ਕਿ ਇਹਨਾਂ ਬੰਦਿਆਂ ਨੇ ਜਦੋਂ ਇਹ ਸਾਰੇ ਗਲਤ ਕੰਮ ਹੋ ਰਹੇ ਸੀ ਉਹਦੇ ਤੋਂ ਆਪਣੇ ਆਪ ਨੂੰ ਅਲੱਗ ਕੀਤਾ। ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਨੀ ਲੱਗਦਾ ਕਿ ਜਿਹੜੇ ਹੁਣ ਇੰਨੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਉਹ ਬਾਅਦ ਦੇ ਵਿੱਚ ਉੱਥੇ ਜਾਣਗੇ। ਬਹੁਤ ਬਹੁਤ ਧੰਨਵਾਦ ਜੀ ਕਰਨੈਲ ਸਿੰਘ ਪਿਰਮਾ ਮੰਜੀ। ਫੇਰ ਵੀ ਆਖਿਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਤੁਸੀਂ? ਦੇਖੋ ਜੀ, ਮੇਰੀ ਤਾਂ ਇਹੋ ਹੀ ਬੇਨਤੀ ਅਖੀਰ ਦੇ ਵਿੱਚ ਕਿ ਸਾਰੇ ਹਰ ਬੰਦੇ ਨੇ ਇਸ ਦੁਨੀਆਂ ਤੋਂ ਆਪਣੇ ਸਮੇਂ ਮੁਤਾਬਕ ਚਲੇ ਜਾਣਾ ਤੇ ਜਿਹੜੇ ਵੀ ਸਵਾਸ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ੇ ਨੇ, ਅਸੀਂ ਆਪਣੇ ਧਰਮ ਦੇ ਵਿੱਚ, ਸਾਨੂੰ ਬੜਾ ਮਾਣ ਹੈ ਕਿ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਹਾਂ ਤੇ ਆਪਣੇ ਧਰਮ ਪ੍ਰਤੀ, ਆਪਣੀ ਸਰਜਮੀਨ ਪੰਜਾਬ ਪ੍ਰਤੀ ਤੇ ਆਪਣੇ ਗੁਰੂ ਪ੍ਰਤੀ ਜਿਹੜੀ ਵਫ਼ਾਦਾਰ ਸੋਚ ਹੈ ਉਹਨੂੰ ਅਪਣਾ ਕੇ ਜਿੰਨਾ ਵੀ ਚੰਗਾ ਕਰ ਸਕਦੇ ਹੋ ਕਰਨ ਦੀ ਕੋਸ਼ਿਸ਼ ਕਰੀਏ ਜੀ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ, ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ। ਧੰਨਵਾਦ ਜੀ, ਆਵਾਜ਼ੇ ਕੌਮ ਟੀਵੀ ਚੈਨਲ ਹਮੇਸ਼ਾ ਹੱਕ ਸੱਚ ਨਿਆਂ ਦੀ ਤੁਸੀਂ ਗੱਲ ਕਰਦੇ ਹੋ, ਚੜ੍ਹਦੀ ਕਲਾ ਵਿੱਚ ਰਹੋ ਤੇ ਸਾਰੇ ਦਰਸ਼ਕਾਂ ਨੂੰ, ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਆ। ਇਹ ਵਿਚਾਰ ਅਸੀਂ ਤੁਹਾਡੀ ਕਚਹਿਰੀ ਵਿੱਚ ਰੱਖ ਰਹੇ ਹਾਂ, ਫੈਸਲਾ ਤੁਹਾਡੇ ਹੱਥ ਹੈ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।